ਸਾਨੂੰ ਤਾਂ ਆਹੀ ਲੱਗ ਰਿਹਾ ਜੀ, ਕਿਹੜੇ ਹਿਸਾਬ ਨਾਲ ਮੋਗਾ ਲਾ ਰਿਹਾ ਜੀ ਕਿ ਪਾਣੀ ਜਾਣਾ ਜੀ? ਸਾਨੂੰ ਤਾਂ ਆਹੀ ਦੱਸ ਦਓ ਵੀ ਇਹ ਕਾਹਦੇ ਵਾਸਤੇ ਲਾ ਰਹੇ ਹਾਂ ਸਾਨੂੰ ਕੰਮ ਤੋਂ ਪਾਈਪ ਲੈਣਾ ਪਾ ਦਾਂਗੇ, ਆਹ ਕਰ ਦਾਂਗੇ ਜੀ, ਤੁਹਾਡਾ ਪਾਣੀ ਘਰ ਖੇਤ ਖੇਤ ਤੱਕ ਪਾਣੀ ਪਹੁੰਚਾ ਦਾਂਗੇ, ਪਰ ਇਹਨਾਂ ਤੋਂ ਨਹੀਂ ਹੋਇਆ। ਪਰ ਤੁਹਾਨੂੰ ਦੱਸ ਦਈਏ ਕਿ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਨੇ, ਕਿਉਂ ਕਰਕੇ ਸੰਗਰੂਰ ਸ਼ਹਿਰ ਦੇ ਵਿੱਚ ਉਹਨਾਂ ਦੀ ਰਹਿਸ਼ ਆ, ਤਾਂ ਸੰਗਰੂਰ ਦੇ ਨਾਲ ਲੱਗਦੇ ਪਿੰਡ ਭਿੰਡਰਾ 'ਚ ਖੜ੍ਹੇ ਹਾਂ, ਜਿੱਥੇ ਪਿਛਲੇ ਦਿਨੀ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਨੂੰ ਇੱਕ ਵੱਡੀ ਰਾਹਤ ਦਿੰਦੇ ਹੋਏ ਆਖਿਆ ਸੀ ਕਿ ਇਸ ਵਾਰ ਜਦੋਂ ਤੁਸੀਂ ਜੀਰੀਆਂ ਲਾਓਗੇ ਤਾਂ ਮੋਟਰ ਚਲਾਉਣ ਦੀ ਲੋੜ ਨਹੀਂ, ਕਿਉਂ ਕਰਕੇ ਨਹਿਰੀ ਪਾਣੀ ਤੁਹਾਡੇ ਖੇਤਾਂ ਤੱਕ ਪਹੁੰਚੂਗਾ। ਘੜੋਲੀਆਂ ਪਾਉਣ ਦੀ ਗੱਲ ਕੀਤੀ ਗਈ ਸੀ, ਟੈਂਡਰ ਵੀ ਕੀਤੇ ਗਏ ਅਤੇ ਠੇਕੇਦਾਰਾਂ ਨੇ ਕਈ ਪਿੰਡਾਂ ਦੇ ਵਿੱਚ ਕੰਮ ਵੀ ਸ਼ੁਰੂ ਕਰ ਦਿੱਤਾ। ਪਰ ਤੁਹਾਨੂੰ ਪਹਿਲਾਂ ਦੱਸੀਏ ਕਿ ਤੁਸੀਂ ਨਿਗਾਹ ਮਾਰੋ, ਇਸੇ ਸੂਏ ਰਾਹੀਂ, ਇਸੇ ਰਜਵਾਹੇ ਰਾਹੀਂ ਪਾਣੀ ਆਉਣਾ ਜੋ ਕਿਸਾਨਾਂ ਨੂੰ ਮਿਲਣਾ, ਪਰ ਹਾਲੇ ਤੱਕ 20 ਤਰੀਕ ਹੋ ਗਈ, ਹਾਲੇ ਤੱਕ ਕੋਈ ਵੀ ਪਾਣੀ ਦਾ ਟੁਪਕਾ ਵੀ ਇੱਥੇ ਦਿਖਾਈ ਨਹੀਂ ਦੇ ਰਿਹਾ। ਪਰ ਹੈਰਾਨੀ ਉਦੋਂ ਹੋਈ ਜਦੋਂ ਖੇਤਾਂ ਵਿੱਚ ਜਾਣ ਵਾਲੀ ਪਾਈਪ ਦੇਖੀ, ਤਾਂ ਕਿਤੇ ਨਾ ਕਿਤੇ ਹੈਰਾਨ ਰਹਿ ਗਈ। ਤੁਹਾਨੂੰ ਵੀ ਦਿਖਾਉਂਦੇ ਹਾਂ, ਤੁਸੀਂ ਦੇਖ ਸਕਦੇ ਹੋ 3 ਇੰਚੀ ਪਾਈਪ ਆ ਜੋ ਖੇਤਾਂ ਨੂੰ ਜਾਣਾ, ਕਿ ਇਸ ਪਾਈਪ ਰਾਹੀਂ ਕਿਸਾਨਾਂ ਦੀਆਂ ਫਸਲਾਂ ਜੀਰੀ ਲੱਗ ਜੂਗੀ? ਤੁਸੀਂ ਆਪ ਹੀ ਸੋਚ ਸਕਦੇ ਹੋ, ਸਾਡੇ ਨਾਲ ਕਿਸਾਨ ਮੌਜੂਦ ਆ। ਵੀਰੇ, ਅਸੀਂ ਤਾਂ ਸੋਚਦੇ ਸੀ ਕਿ ਇੱਥੇ ਘੱਟੋ ਘੱਟ 12-15 ਇੰਚ ਪਾਈਪ ਹੀ ਹੋਊਗੀ ਜੋ ਪਾਣੀ ਖੇਤਾਂ ਨੂੰ ਜਾਊਗਾ, ਪਰ ਇਹ ਤਾਂ ਹੈਰਾਨੀ ਹੋ ਗਈ। ਇਸੇ ਗੱਲ ਨੂੰ ਤਾਂ ਅਸੀਂ ਬਿਲਕ ਰਹੇ ਹਾਂ ਜੀ, ਕਿਹੜੇ ਹਿਸਾਬ ਨਾਲ ਕੱਚੇ ਤੇ ਉਹਦੇ ਨਾਲ ਹਿਸਾਬ ਨਾਲ ਪਾਣੀ ਜਾਈ ਜਾਂਦਾ ਸੀ ਜੀ, ਇਹਦੇ ਨਾਲ ਤਾਂ ਜੀ ਭੜੋਲੀ ਭਰਨੀ ਹੈ ਜੀ। ਇਹ ਮੇਰੇ ਹਿਸਾਬ ਨਾਲ ਖੇਤੀ ਵਾਸਤੇ ਨਹੀਂ ਹੈਗਾ ਜੀ, ਇਹ ਪਾਣੀ ਸਾਨੂੰ ਪੀਣ ਵਾਸਤੇ ਆ ਵੀ ਜਿਹੜੇ ਸਿਹਤ ਦੇ ਹਿਸਾਬ ਨਾਲ ਪਾਣੀ ਦਾ ਤਲ ਥੱਲੇ ਨੂੰ ਜਾ ਰਿਹਾ ਵੀ ਉਨੇ ਕਿੰਨਾ ਬੰਦੇ ਪਿੰਡ ਦੇ ਪਾਣੀ ਪੀ ਜਾਣਾ, ਉਸ ਹਿਸਾਬ ਨਾਲ ਆਇਆ ਹੈ ਜੀ। ਕਿਤੇ ਮੁੱਖ ਮੰਤਰੀ ਸਾਹਿਬ ਨੇ ਕਹਿਣਾ ਵੀ ਭਾਈ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾ ਰਹੇ ਆ, ਤੁਸੀਂ ਗਲਤ ਸਮਝੋ ਵੀ ਖੇਤਾਂ ਨੂੰ ਮਿਲੂ? ਸਾਨੂੰ ਤਾਂ ਆਹੀ ਲੱਗ ਰਿਹਾ ਜੀ, ਕਿਹੜੇ ਹਿਸਾਬ ਨਾਲ ਮੋਗਾ ਲਾ ਰਿਹਾ ਜੀ ਕਿ ਪਾਣੀ ਜਾਣਾ ਜੀ? ਸਾਨੂੰ ਤਾਂ ਆਹੀ ਦੱਸ ਦਓ ਵੀ ਇਹ ਕਾਹਦੇ ਵਾਸਤੇ ਲਾ ਰਹੇ ਹਾਂ ਸਾਨੂੰ ਸਮਝ ਤੋਂ ਬਾਅਦ। ਬਿਲਕੁਲ, ਕਿਸਾਨ ਦਾ ਕਹਿਣਾ ਜੀ 3 ਇੰਚ ਪਾਈਪ ਦੇ ਨਾਲ ਪਾਣੀ ਸਾਡੇ ਖੇਤਾਂ ਦੇ ਵਿੱਚ ਨਹੀਂ ਜਾ ਸਕਦਾ, ਫਸਲਾਂ ਨਹੀਂ ਰਮ ਸਕਦੀਆਂ, ਨਹੀਂ ਜੀਰੀ ਲੱਗ ਸਕਦੀ। ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਸੰਗਰੂਰ ਨਾਲ ਸੰਬੰਧਿਤ ਨੇ, ਕਿਤੇ ਨਾ ਕਿਤੇ ਅਧਿਕਾਰੀਆਂ ਦੀ ਵੀ ਜ਼ਿੰਮੇਵਾਰੀ ਵੱਡੀ ਬਣ ਜਾਂਦੀ ਆ, ਪਰ ਭਿੰਡਰਾ ਵਾਸੀਆਂ ਦਾ ਆਰੋਪ ਆ ਕਿ ਕੋਈ ਵੀ ਅਧਿਕਾਰੀ ਉਹਨਾਂ ਦੀ ਜੋ ਆਵਾਜ਼ ਆ ਸੁਣਨ ਨੂੰ ਤਿਆਰ ਨਹੀਂ। ਕੱਲ੍ਹ ਤੋਂ 21 ਤਰੀਕ ਤੋਂ ਜੀਰੀ ਲੱਗਣੀ ਸ਼ੁਰੂ ਹੋ ਜੂਗੀ, ਲੱਗਦਾ ਇਸ ਵਾਰ ਕਿਸਾਨਾਂ ਨੂੰ ਲੱਗਦਾ ਕਿ ਆਪਣੇ ਹੀ ਮੋਟਰਾਂ ਚਲਾ ਕੇ ਪਾਣੀ ਦੇ ਨਾਲ ਉਸ ਪਾਣੀ ਦੇ ਨਾਲ ਜੀਰੀ ਲਾਉਣੀ ਪਊਗੀ। ਹੋਰ ਵੀ ਕਿਸਾਨ ਮੌਜੂਦ ਨੇ, ਉਹਨਾਂ ਨਾਲ ਗੱਲ ਕਰ ਲੈਣੀ। 1 ਤਰੀਕ ਦਿੱਤੀ ਸੀ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲੇ, ਪਰ ਜਦੋਂ ਇਸੇ ਵਿੱਚ ਪਾਣੀ ਨਹੀਂ, ਭੜੋਲੀਆਂ ਨਹੀਂ ਪਈਆਂ, ਤਾਂ ਪਾਣੀ ਕਿਸ ਤਰ੍ਹਾਂ ਮਿਲ ਸਕਦਾ? ਕਿਤੇ ਨਾ ਕਿਤੇ ਕਿਸਾਨਾਂ ਦੇ ਵਿੱਚ ਰੋਸ ਜ਼ਰੂਰ ਆ। ਕੀ ਨਾਮ ਬਾਈ? ਹਰਬੰਸ ਸਿੰਘ ਨਾਮ ਆ ਜੀ ਮੇਰਾ। ਹਰਬੰਸ ਸਿੰਘ ਜੀ, ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਦੇ ਵੱਲੋਂ ਪਹਿਲਾਂ ਪਾਣੀ ਨੀਚੇ ਜਾਂਦਾ ਦੇਖ ਕੇ ਇੱਕ ਫੈਸਲਾ ਲਿੱਤਾ ਗਿਆ ਸੀ, ਬੜੀ ਸ਼ਲਾਘਾ ਕੀਤੀ ਗਈ ਸੀ, ਪਰ ਪਤਾ ਲੱਗਿਆ ਕਿ ਹਾਲੇ ਤੱਕ ਕੋਈ ਕੰਮ ਹੀ ਨਹੀਂ ਸਟਾਰਟ ਹੋਏ। ਇਹ ਦੇਖੋ ਜੀ, 2 ਮਹੀਨੇ ਹੋ ਗਏ ਤਕਰੀਬਨ ਜਦੋਂ ਜਾਇਦ ਹੁੰਦਿਆਂ ਨੂੰ ਪਾਈਪ ਲੈਣਾ ਪਾ ਦਾਂਗੇ, ਆਹ ਕਰ ਦਾਂਗੇ ਜੀ, ਤੁਹਾਡਾ ਪਾਣੀ ਘਰ ਖੇਤ ਖੇਤ ਤੱਕ ਪਾਣੀ ਪਹੁੰਚਾ ਦਾਂਗੇ, ਪਰ ਇਹਨਾਂ ਤੋਂ ਨਹੀਂ ਹੋਇਆ। ਕਿਉਂ ਨਹੀਂ ਹੋਇਆ, ਕਿਵੇਂ ਨਹੀਂ ਹੋਇਆ? ਇਹਨਾਂ ਦੀ ਨੀਤੀ ਮਾੜੀ ਹੈ ਜੀ। ਨਾ ਤਾਂ ਇਹਨਾਂ ਨੇ ਕਿਸੇ ਠੇਕੇਦਾਰ ਨੂੰ ਠੇਕਾ ਸਹੀ ਤਰੀਕੇ ਨਾਲ ਦਿੱਤਾ, ਨਾ ਕਿਸੇ ਜਈ ਦੀ ਪੁੱਛ ਪੜਤਾਲ ਕੀਤੀ। ਪਿੰਡਾਂ ਸਾਡੇ ਲੋਕਾਂ ਦੀਆਂ ਕਮੇਟੀਆਂ ਬਣਵਾਤੀਆਂ ਇਹਨਾਂ ਨੇ, ਸਾਡਾ ਸਿਰ ਬਣਵਾਉਣੇ ਕਰ ਲਏ। ਅਸੀਂ ਕਮੇਟੀਆਂ ਬਣਾ ਕੇ ਚੌੜੇ ਹੋ ਗਏ ਵੀ ਹਾਂ ਸਾਨੂੰ ਇਕੱਲੇ ਇਕੱਲੇ ਖੇਤ ਨੂੰ ਪਾਣੀ ਜਾਊਗਾ, ਅਸੀਂ ਬੜੇ ਆਰਾਮ ਨਾਲ ਲਾਵਾਂਗੇ, ਸਾਡਾ ਮੋਟਰਾਂ ਤੋਂ ਛੁਟਕਾਰਾ ਹੋ ਜੂਗਾ, ਵੀ ਲੇਵਲ ਵੀ ਬਚ ਜੂਗਾ ਸਾਡਾ ਥੱਲੇ ਪਾਣੀ ਦਾ, ਅਤੇ ਜ਼ਮੀਨ ਵੀ ਸਾਡੀ ਸਾਂਭਰ ਜੂਗੀ ਸੂਏ ਦੇ ਪਾਣੀ ਨਾਲ। ਜਿੰਨਾ ਸਾਡੇ ਪਹਿਲਾਂ ਆਉਂਦਾ ਸੀ ਕੱਚੇ ਖਲਿਆਂ ਰਾਹੀਂ, ਸਾਡੇ ਤਾਂ ਉਹਨਾਂ ਵੀ ਨਹੀਂ ਆਉਣਾ ਜੀ ਇਸ ਵਾਰ, ਉਹ ਵੀ ਬੰਦ ਹੋ ਗਿਆ। ਦੂਸਰੀ ਗੱਲ ਕੀ ਹੈ ਜੀ, ਜਿਵੇਂ ਹੁਣ ਇਹਨਾਂ ਨੇ ਕਿਹਾ ਅਸੀਂ ਸਾਰਾ ਸਹਿਯੋਗ ਦਿੰਦੇ ਹਾਂ, ਨਾਲ ਆਉਂਦੇ ਹਾਂ ਬੰਦਿਆਂ ਜੇਈ ਨਾਲ, ਇਹਨਾਂ ਦੇ ਪ੍ਰਸ਼ਾਸਨ ਨਾਲ, ਪ੍ਰਸ਼ਾਸਨ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ। ਸਾਨੂੰ 3 ਦਿਨ ਹੋ ਗਏ ਉਰੇ ਬੈਠਿਆਂ ਨੂੰ, ਅੱਜ ਮਸ਼ੀਨ ਤੁਹਾਡੇ ਕੋਲੇ ਆਉਂਦੀ ਹੈ, ਕੱਲ੍ਹ ਨੂੰ ਆਉਂਦੀ ਹੈ, ਕੋਈ ਨੱਕਾ ਨਹੀਂ ਕਿਤੇ ਖੜਾ ਜੀ, ਕੋਈ ਪਾਈਪ ਨਹੀਂ ਜੋੜਿਆ ਗਿਆ ਨਹਿਰ 'ਚ ਪਾਣੀ। ਜੇ ਆ ਵੀ ਜਾਊ, ਫਿਲਹਾਲ ਤਾਂ ਆਇਆ ਹੀ ਨਹੀਂ, ਜੇ ਆ ਵੀ ਜਾਊ ਅਸੀਂ ਉਸ ਪਾਣੀ ਨੂੰ ਕਰਾਂਗੇ ਕੀ? ਸਾਡੇ ਖੇਤਾਂ ਤੱਕ ਤਾਂ ਉਹ ਪਹੁੰਚਣਾ ਨਹੀਂ, ਪਾਈਪਾਂ ਲੈਣਾ ਬੰਦ ਪਈਆਂ ਨੇ, ਕੋਈ ਕੰਪਲੀਟ ਇਹਨਾਂ ਤੋਂ ਹੋਈ ਨਹੀਂ। ਜੇ ਇਹਨਾਂ ਨੂੰ ਉਦੋਂ ਕਿਹਾ ਗਿਆ ਵੀ ਜਿਹੜੀ ਪੜਦੇ ਉਹਨੂੰ ਕੰਪਲੀਟ ਕਰ ਦਿਓ, ਨਾ ਜੀ ਉਹ ਅਸੀਂ ਆਪਦੇ ਤਰੀਕੇ ਨਾਲ ਕਰਨੀ ਹੈ, ਉਹ ਠੇਕੇਦਾਰ ਨੇ ਦੇਖਣਾ, ਤਾਂ ਜੇਈ ਸਾਹਿਬ ਇਹ ਕਹਿ ਦਿੰਦੇ ਤੇ ਦੱਸੋ ਅਸੀਂ ਕੀ ਕਰੀਏ। ਸਾਡੇ ਪਿੰਡ ਦੇ ਨਾਲ ਲੱਗਦਾ ਨਰਕ ਹੋਇਆ ਪਿਆ, ਉੱਥੇ ਕਿਸੇ ਦੀ ਪਾਈਪ ਲੈਣ ਖੇਤਾਂ ਤੋਂ ਜਿਹੜਾ ਘਰਾਂ ਨੇ ਉਹਨਾਂ ਦਾ ਪਾਣੀ ਜਾਂਦਾ ਸੀ, ਉਹ ਵੀ ਬੰਦ ਪਈ ਹੈ। 4 ਭਰੋਲੀਆਂ ਕਹਿੰਦੇ ਸਾਡੇ ਕੋਲ ਟੈਂਡਰ ਪਾਸ ਨਹੀਂ, ਅਸੀਂ ਉਹ ਵੀ ਨਹੀਂ ਪਾ ਸਕਦੇ। ਜਿਹੜੇ ਜਿੱਥੇ ਪਾ ਤੇ ਉੱਥੇ ਨੱਕੇ ਵੀ ਨਹੀਂ ਖੜੇ ਹੋਏ ਜਿਹਨਾਂ ਤੋਂ।
दसो असी कर जाए जी जेकर गल की जाए संगरूर तो विधायक है नरेंद्र कौर पराज की उस इस विषय कोई गलबात हुई नहीं असं उन्होंने राबता जरूर जी जो सू प्रशासन कहता भी कंप्लीट करके दे देंगे ये तो मैडम ने राबता करना जी कि किमें काम चलता है किमें इन्होंने उन्होंने अंदर आता जी ना बिल्कुल नहीं आए जी जिदन की साड़ी पाइपलाइन पैन लगी है नहीं आए ना उन्होंने कोई दौरा असं देखिए भी इस पाइपलाइन से दौरा है बिल्कुल किसान का कहना कि जिते असी अपने छोटे मोटे खाल राही पानी लेंदे सी हुण तां असी उत्थों भी गए क्यों करके सारे खेत पट्टे गए ने कल तो जीरी लाउणी शुरू हो जावे ये तां जी जिहड़ी इह लैण पाई है जद पाउण लगे तो उहदा सानूं वी बहुत चौथी गल वी पई जूगी पर उह सही तरीके नाल पई नहीं हुण जिहड़े बंदे ने उरे नक्का मुंदणा है उह घट्टो घट जी 15 नक्के गल नूं बंद करके फिर आपदे पाणी पाऊगा कोई वो नके के मूहरे कोई सुविधा नहीं भी बंद कर दूगा गलों कोई खोलद चलद की करता है हूँ वह फिर खालती रहूगा भड़ोलिया की रहूगा नंबर दो लैन पाई है गांह तो लैन है टेढ़ी पाती जी मिट्टी नहीं क्ढी वो गांह तो पानी ही नहीं जाता कोई देख रहे असी कमेटी जी दे जी सानू ना तो अज की कोई नक्श है ना सानू कोई होर चीज़ है ना सानू कोई नक्या का पता है ना सानू किसी का लैने का सानू पता है इट्टा लहा लियो बंद चाह दे दौ भड़ोलिया लहा लियो बस असी तीन दिन हो गए जी जे ई साहब नीओ साहब फोन कर दिया भी साढ़े लिए मशीन भेज दो साढ़े कनैक्शन जोड़ दो अद्धे घंटे आई थोड़े लगे घंटे आई थोड़े लगे दो घंटे आई तीन दिन हो गए सू लक्कड़ का मुंडा मिल रहा है 99% जे नाथन तड़के हुए साढ़े ऊ ही लड़ाई हो जू रही बिल्कुल किसान का कहना कि सिर्फ एक कमेटी बनाई गई पिंड की पर हूँ कितना कितने कमेटी तो पिंड विचकार जो तकरारबाजी होनी शुरू हो गई है पिंड वासी कहते हैं कि अजिही कमेटी का की फायदा जो तुम कम नहीं कराने साढ़े नाल ऐसे पिंडरा पिंड के किसान जिन्होंने सरकार अते प्रशासन नू गुहार लाई कि जो कम अधूरा जो शुरू किया गया सी सरकार दे वल्लों खेतों के विच पड़ोलियां पा के नहरी पानी देने की गल की गई सी कितना कितने मुख्यमंत्री भगवंत सिंह मान के अपने हल्के आखिए तो जो दावे किए सी खोखले नज़र आते हैं हुण देखने वाली यह गल होगी कि जो किसानों ने कल जीरी लगानी आ शुरू करनी 21 तरीक तो कि अपनिया मोटर चला के ही लगता इन्हों सबर करना पेगा कितना कितने किसान कहते हैं कि सानू उम्मीद सी कि इस बार मोटर नहीं चलावे तो नहरी पानी के नाल जीरी लावे मुख्यमंत्री भगवंत सिंह मान ने होर्डिंग बोर्ड तो बहुत लाए इश्तहार भी दिते पर इश्तहार या होर्डिंग उन्होंने अपने शहर संगरूर के पिंड पिंडर कोई जो निर्देश दिते सी कितना कितने ठेकेदार या प्रशासन टिच करके जान रहा जिस कारण किसान परेशान ने कैमरामैन भुपिंदर वालिए हरजीत सिंह सिद्धू लिविंग इंडिया संगरूर।